ਇਹ ਸੇਵਾ ਸੰਭਾਲਣ ਦੇ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਇਹ ਨਿਮਾਣਿਆਂ ਦੇ ਮਨ ਸਤਿਗੁਰੂ ਜੀ, ਨਿਤਾਣਿਆਂ ਦੇ ਤਾਣ ਸਤਿਗੁਰੂ ਜੀ, ਨਿਓਟਿਆਂ ਦੀ ਓਟ ਚਾਵਰ ਛਤਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋੜੜੀ ਸਤਿਗੁਰ ਪਾਤਸ਼ਾਹ ਜੀ ਆਪ ਜੀ ਦੇ ਮਹਾਨ ਵਾਕ ਹਨ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਸਤਿਗੁਰੂ ਜੀ ਆਪ ਜੀ ਦੇ ਇਹਨਾਂ ਮਹਾਨ ਵਾਕਾਂ ਅਨੁਸਾਰ ਆਪ ਜੀ ਦੇ ਦਰ ਘਰ ਦੇ ਪ੍ਰੀਤਮਨ ਸੇਵਕ ਸਰਦਾਰ ਪ੍ਰੀਤਮ ਸਿੰਘ ਜੀ, ਇਹਨਾਂ ਦੇ ਸਾਰੇ ਪਰਿਵਾਰ ਵੱਲੋਂ ਮਹਾਰਾਜ ਜੀ ਆਪਣੀ ਮਾਤਾ ਕਰਤਾਰ ਕੌਰ ਜੀ ਅਤੇ ਪਿਤਾ ਸਰਦਾਰ ਬਾਬੂ ਸਿੰਘ ਜੀ, ਧਰਮ ਪਤਨੀ ਬੀਬੀ ਪ੍ਰੀਤਮ ਕੌਰ ਜੀ, ਇਹਨਾਂ ਦੀ ਮਹਾਰਾਜ ਜੀ ਯਾਦ ਦੇ ਅੰਦਰ ਪਾਤਸ਼ਾਹ ਜੀ ਆਪ ਜੀ ਦੇ ਬਖਸ਼ਿਸ਼ ਕੀਤੇ ਹੋਏ 9.5 ਮਰਲਿਆਂ ਦੇ ਪਲਾਟ ਆਪ ਜੀ ਦੇ ਗੁਰੂ ਘਰ ਨੂੰ ਮਹਾਰਾਜ ਜੀ ਦਾਨ ਕੀਤੇ ਸਨ। ਸਤਿਗੁਰੂ ਪਾਤਸ਼ਾਹ ਜੀ ਇਸ ਵੇਲੇ ਸੰਗਤ ਵੱਲੋਂ ਮਹਾਰਾਜ ਜੀ ਤਿੰਨਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨੀ, ਇਹਨਾਂ ਸੇਵਕਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਕੀਤੀ ਸੇਵਾ ਦਰ 'ਤੇ ਪ੍ਰਵਾਨ ਕਰਨੀ, ਮਹਾਰਾਜ ਜੀ ਦੇਸਾਂ ਪ੍ਰਦੇਸਾਂ ਵਿੱਚ ਉੱਨਤੀ ਤਰੱਕੀ ਔਰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬੱਚਿਆਂ ਨੂੰ ਮਹਾਰਾਜ ਜੀ ਦੇਹ ਰੂਪਤਾ ਤੰਦਰੁਸਤੀਆਂ ਬਖਸ਼ਣੀਆਂ, ਆਉਣ ਵਾਲੇ ਸਮੇਂ ਅੰਦਰ ਮਹਾਰਾਜ ਜੀ ਖੁਸ਼ੀਆਂ ਖੇੜੇ 'ਤੇ ਹਰ ਪ੍ਰਕਾਰ ਸਹਾਇਤਾ ਕਰਨੀ। ਸਤਿਗੁਰੂ ਪਾਤਸ਼ਾਹ ਜੀਓ ਮਹਾਰਾਜ ਜੀ ਮਿਹਰਾਂ ਕਰਨੀਆਂ, ਸਾਰੀ ਸੰਗਤ 'ਤੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਇਹਨਾਂ ਪਲਾਟਾਂ 'ਤੇ ਮਹਾਰਾਜ ਜੀਓ ਆਪ ਜੀ ਦੀਆਂ ਗੁਰੂ ਘਰ ਦੀਆਂ ਇਮਾਰਤਾਂ ਸੁਸ਼ੋਭਿਤ ਹੋਣ, ਹਰ ਪ੍ਰਕਾਰ ਮਹਾਰਾਜ ਜੀ ਸਹਾਇਤਾ ਕਰਨੀ। ਇਸ ਵੇਲੇ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ, ਪਾਤਸ਼ਾਹ ਜੀ ਆਪ ਉਦਘਾਟਨ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚਿਤਾਵੇ, ਅੜੇ ਸੁਚ ਅੜੇ ਸ਼ਰਨ ਪਰੇ ਸੁਤਰੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਬੋਲੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸੇਵਾ ਸਫਲ ਰਹਿ ਜੇ ਕੋ